ਪੰਜਾਬ ਦਾ ਜਿਹੜਾ ਮਸਲਾ ਸਤਲੁਜ ਜਮਨਾ ਲਿੰਕ ਵਿਵਾਦ ਆ ਇਹ ਮਸਲਾ ਕਾਂਗਰਸ ਪਾਰਟੀ ਦੀ ਦੇਣਾ ਉਸ ਤੇ ਫਿਰ ਕਾਲੀ ਦਲ ਦੇ ਵੀ ਇਹਦੇ ਚ ਦੋਸ਼ ਨੇ ਫਿਰ ਸੈਂਟਰ ਦੀਆਂ ਸਰਕਾਰਾਂ ਕਾਂਗਰਸ ਪਾਰਟੀ ਨੇ ਜਾਂ ਬੀਜੇਪੀ ਨੇ ਰਾਜ ਕੀਤਾਗਾ ਬੇਸਿਕਲੀ ਪੰਜਾਬ ਦੇ ਵਿੱਚ ਪਾਣੀ ਖੋਏ ਜਾਣ ਦੇ ਸਵਾਲ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਜਿਹੜਾ ਪੰਜਾਬ ਦੇ ਪਾਣੀ ਵਾਰ-ਵਾਰ ਖੋਏ ਗਏ ਨੇ ਤੋ ਇਸ ਮਸਲੇ ਤੇ ਜਦੋਂ ਇਹ ਮੰਨਿਆ ਜਾਂਦਾ ਕਿ ਅ ਦਰਬਾਰਾ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹ ਚੁੱਕੇ ਨੇ ਉਹ ਪਾਣੀਆਂ ਦੇ ਗੁਨਾਹਗਾਰ ਨੇ ਪੰਜਾਬ ਦੇ ਗੁਨਾਹਗਾਰ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਇਸ ਮਸਲੇ ਵਿੱਚ ਲੜਦੇ ਵੀ ਰਹੇ ਨੇ ਤੇ ਝੁਕਦੇ ਵੀ ਰਹੇ ਨੇ ਉਹਨਾਂ ਤੇ ਦੋ ਹਾਈ ਹਰਿਆਣਾ ਵਿਧਾਨ ਸਭਾ ਚ ਰੋਲਾ ਵੀ ਪਿਆ ਕਿ ਉਹਨਾਂ ਨੇ 2 ਕਰੋੜ ਰੁਪਏ ਲਿਆ ਸੀ ਨਹਿਰ ਕੱਢਣ ਵਾਸਤੇ ਹੈਗੇ ਪਿੱਛੇ ਜੇ ਤੇ ਇਲਜ਼ਾਮ ਇਹ ਵੀ ਲਗਾ ਦਿੱਤੇ ਹੈਗੇ ਨੇ ਭਗਵੰਤ ਸਿੰਘ ਮਾਨ ਉਹਨਾਂ ਨੇ ਕਿ ਜੀ ਗੜਗਾਉਂ ਜ਼ਮੀਨ ਲਾ ਲਈ ਉੱਤੇ ਹੋਟਲ ਪਏ ਹੋਏ ਨੇ ਤਿੱਜਾ ਕੈਪਟਨ ਅਮਰਿੰਦਰ ਸਿੰਘ ਜਿਹਨੂੰ ਕਪੂਰੀ ਮੋਰਚਾ ਲੱਗਦਾ ਉਦੋਂ ਇਹਨਾਂ ਨੇ ਇੰਦਰਾ ਗਾਂਧੀ ਨੂੰ ਸੋਣੇ ਦੀ ਕਈ ਭੇਡ ਕੀਤੀ ਹੈਗੀ ਹੈ ਇਹ ਤਿੰਨ ਪਾਣੀਆਂ ਦੇ ਜਿਹੜੇ ਪਾਣੀ ਪੰਜਾਬ ਕੋ ਖੋਇਆ ਗਿਆ ਉਹਦੇ ਚ ਦਰਬਾਰਾ ਸਿੰਘ ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਲੋਕੀ ਭਾਵੇਂ ਪਾਣੀਆਂ ਦੇ ਰੱਖੇ ਕਹਿਣ ਜਾਂ ਨੇ ਕਹਿਣ ਲੇਕਿਨ ਸਚਾਈ ਤੇ ਇਤਿਹਾਸ ਤੋਂ ਬੰਦਾ ਮੁਨਕਰ ਨਹੀਂ ਹੋ ਸਕਦਾ ਲੰਮੀ ਲੜਾਈ ਆ ਕਿਉਂਕਿ ਜਦੋਂ ਐਸਵਾਈਲ ਰੋਕੀ ਗਈ ਕਿਵੇਂ ਰੋਕੀ ਗਈ ਹੈ ਜਦੋਂ ਇਥੇ ਅ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਖਾੜਕੂਆਂ ਨੇ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਫਿਰ ਜਿਹੜੇ ਪਿੰਡ ਮਜਾਤ ਪਿੰਡ ਨੇੜੇ ਜਿਹੜੇ ਮਜ਼ਦੂਰ ਉਹਨਾਂ ਨੂੰ ਮਾਰ ਰਿਆ ਗਿਆ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਇਹ ਨਹਿਰ ਰੋਕੀ ਗਈ ਕਿਉਂਕਿ ਫਿਰ ਗਾਣਿਆਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਕਹਿੰਦਾ ਕਿ ਫਿਰ ਜਟਾਣੇ ਵਰਗਾ ਡੀਕਾ ਲਾ ਹੀ ਦਿੰਦੇ ਨੇ ਨਾ ਉਹ ਨਹਿਰ ਰੋਕੀ ਗਈ ਆ ਪੰਜਾਬ ਦੇ ਪਾਣੀਆਂ ਤੇ ਸਿਆਸਤ ਬਹੁਤ ਹੋਈ ਆ ਪੰਜਾਬ ਦੇ ਪਾਣੀਆਂ ਤੇ ਜਗਤਾਰ ਭਾਜੀ ਉਹਨਾਂ ਦੀ ਕਿਤਾਬ ਆ ਬਲ ਦੇ ਦਰਿਆਵਾਂ ਦੀ ਕਹਾਣੀ ਉਹਦੇ ਚ ਸਾਰੀ ਸਚਾਈ ਪੇਸ਼ ਕੀਤੀ ਗਿਆ ਹੁਣ ਕਿਉਂਕਿ ਬੀਜੇਪੀ ਪੰਜਾਬ ਹਰਿਆਣੇ ਚ ਵੀ ਆ ਤੇ ਬੀਜੇਪੀ ਸੈਂਟਰ ਚ ਵੀ ਆ ਪੰਜਾਬ ਤੇ ਹਮੇਸ਼ਾ ਚਾਹੇ ਕਾਂਗਰਸ ਹੋਵੇ ਪੰਜਾਬ ਦੁੱਖ ਦਾ ਸੈਂਟਰ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਹੱਕ ਖੋਏ ਜਾਂਦੇ ਰਹੇ ਨੇ ਧੱਕੇ ਨਾਲ ਖੋਏ ਜਾਂਦੇ ਜਦੋਂ ਬਾਦਲ ਸਾਹਿਬ ਉਹਨਾਂ ਨੇ ਕੇਸ ਪਾਇਆ ਸੀ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ 78 ਉਹ ਕੇਸ ਪਾਇਆ ਹੀ ਉਦੋਂ ਸਰਕਾਰ ਕਾਲੀਆਂ ਦੀ ਟੁੱਟ ਗਈ ਫਿਰ ਉਸ ਤੋਂ ਬਾਅਦ ਦਰਬਾਰਾ ਸਿੰਘ ਆ ਗਿਆ 인ਦਰਾ ਗਾਂਧੀ ਨੇ ਕੁਰਸੀ ਦੀ ਖਾਤਰ ਉਹਨੂੰ ਦਰਬਾਰਾ ਸਿੰਘ ਨੂੰ ਕਹਿ ਦਿੱਤਾ ਸੀ ਜਾਂ ਕੁਰਸੀ ਲੈ ਲੈ ਜਾਂ ਕੇਸ ਵਾਪਸ ਲੈ ਲੈ ਉਦੋਂ ਕੇਸ ਵਾਪਸ ਲੈ ਲੈ ਇਸ ਕਰਕੇ ਮੈਂ ਕਹਿੰਦਾ ਕਾਲੀ ਦਲ ਲੜਦਾ ਵੀ ਰਿਹਾ ਤੇ ਝੁਕਦਾ ਵੀ ਰਿਹਾ ਹੈਗਾ ਪਾਣੀ ਖੋਇਆ ਗਿਆ ਹੁਣ ਸਿਰ ਤੇ ਇਲੈਕਸ਼ਨ ਵੀ ਆ ਲੋਕ ਸਭਾ ਵੀ ਆ ਪੰਜਾਬ ਦੀ ਜਿਹੜੀ ਜਿਹੜੀ ਸਥਿਤੀ ਆ ਜਿਹੜੀ ਸਹੀ ਚੱਲ ਰਹੀ ਆ ਉਹਨੂੰ ਅਨਕੰਟਰੋਲ ਕਰਨ ਦੀ ਵੀ ਯਤਨ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਪਰ ਇਹ ਬਹੁਤ ਵੱਡਾ ਵਿਵਾਦ ਆ ਦੇਸ਼ ਦੀਆਂ ਅਦਾਲਤਾਂ ਨੂੰ ਸੈਂਟਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਇੱਕ ਸਟੇਟ ਨਹੀਂ ਆ ਪੰਜਾਬ ਇੱਕ ਭਾਵਨਾ ਆ ਪੰਜਾਬ ਇੱਕ ਰੂਹ ਆ ਪੰਜਾਬ ਇੱਕ ਜਜ਼ਬਾਤ ਆ ਪੰਜਾਬ ਇੱਕ ਸਪਿਰਟ ਆ ਪੰਜਾਬ ਇੱਕ ਜਜ਼ਵਾ ਪੰਜਾਬ ਇੱਕ ਜੋਸ਼ ਆ ਇਹ ਕਿ ਸਟੇਟ ਨਹੀਂ ਆ ਇੱਕ ਇੱਕ ਬਹੁਤ ਵੱਡਾ ਇੱਕ ਇਹ ਪੰਜਾਬ ਇੱਕ ਰਾਸ਼ਟਨਵਾਦ ਹੈਗਾ ਪੰਜਾਬ ਇੱਕ ਪ੍ਰਾਈਡ ਆ ਇਹ ਸਾਰੀਆਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਨੂੰ ਫੈਸਲੇ ਦੇਣੇ ਪੈਣਗੇ ਨਹੀਂ ਤੇ ਜਿਵੇਂ ਕਵੇਰੀ ਨਦੀ ਦਾ ਮਸਲਾ ਚੱਲ ਰਿਹਾ ਹੈਗਾ ਦੋ ਸੂਬਿਆਂ ਦੇ ਵਿਚਕਾਰ ਕਿਵੇਂ ਲੜਾਈ ਝਗੜਾ ਹੋ ਰਿਹਾ ਸੁਪਰੀਮ ਕੋਰਟ ਕੀ ਉੱਥੇ ਕਿਉਂ ਨਹੀਂ ਦਖਲ ਦਿੰਦੀ ਹੈਗੀ ਭਾਰਤ ਸਰਕਾਰ ਉੱਥੇ ਕਿਉਂ ਨਹੀਂ ਦਖਲ ਦਿੰਦੀ ਹੈਗੀ ਪੰਜਾਬ ਕੋਲ ਪਾਣੀ ਪਹਿਲਾਂ ਹੀ ਖੋਲਿਆ ਹਰਿਆਣੇ ਨੇ ਖੋਲਿਆ ਰਾਜਸਥਾਨ ਨੇ ਖੋਲਿਆ ਔਰ ਸੁਪਰੀਮ ਕੋਰਟ ਜਾਂ ਦੇਸ਼ ਦੀਆਂ ਅਦਾਲਤਾਂ ਜਾਂ ਸਰਕਾਰਾਂ ਸੈਂਟਰ ਔਰ ਰਪੀਰੀਅਨ ਲਾਅ ਤੇ ਕਹਿੰਦੇ ਪੰਜਾਬ ਦੇ ਖਾਤਰ ਅਸੀਂ ਰਪੀਰੀਅਨ ਲਾਅ ਨਹੀਂ ਲਾਗੂ ਕਰ ਸਕਦੇ ਹੁਣ ਪਿੱਛੇ ਜੇ ਹੜ੍ਹ ਆਏ ਨੇ ਨਾ ਇਨਸਾਨੀਅਤ ਹਰਿਆਣਾ ਸਰਕਾਰ ਨੇ ਦਿਖਾਈ ਨਾ ਇਨਸਾਨੀਅਤ ਸੈਂਟਰ ਸਰਕਾਰ ਨੇ ਦਿਖਾਈ ਨਾ ਇਨਸਾਨੀਅਤ ਰਾਜਸਥਾਨ ਸਰਕਾਰ ਨੇ ਦਿਖਾਈ ਅਗਰ ਅਸੀਂ 1.5 ਲੱਖ ਜਿਹੜਾ ਕਿਊਸਕ ਪਾਣੀ ਜੇ ਪਾਕਿਸਤਾਨ ਗੇਟ ਨਾਲ ਖੋਲਦਾ ਨਾ ਛੱਡ ਦੇ ਤੇ ਪੰਜਾਬ ਪੂਰੇ ਦਾ ਪੂਰਾ ਡੁੱਬ ਜਾਣਾ ਸੀ ਸਵਾਲ ਇਸ ਕਰਕੇ ਆ ਔਰ ਨਜਾਇਜ਼ ਹੋ ਰਹੀ ਆ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰ ਆ ਰਹੀਆਂ ਨੇ ਉਹ ਕਮਜ਼ੋਰ ਰਹੀਆਂ ਨੇ ਉਹਨਾਂ ਦੀਆਂ ਸਿਆਸੀ ਕਮਜ਼ੋਰੀਆਂ ਸੀ ਮਜਬੂਰੀਆਂ ਸੀ ਹਾਲਾਂਕਿ ਕੈਪਟਨ ਮਰਿੰਦਰ ਸਿੰਘ ਲੋਕੀ ਕਹਿੰਦੇ ਪਾਣੀਆ ਦੇ ਰੱਖਾ ਪਾਣੀ ਵਾਲੇ ਉਹਨੇ ਇੱਕ ਸੈਕਸ਼ਨ 5 ਸੀ ਉਹ ਸੈਕਸ਼ਨ 5 ਰੱਦ ਕਰ ਦਿੱਤੀ ਹੀ ਵਿਧਾਨ ਸਭਾ ਦੇ ਵਿੱਚ ਆ ਕੇ ਸੈਕਸ਼ਨ 5 ਕੀ ਕਹਿੰਦੀ ਸੀ ਕਿ ਜਿਹੜਾ ਦਿੱਲੀ ਨੂੰ ਜਾਂ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਪਾਣੀ ਜਾਂਦਾ ਉਹ ਜਾਂਦਾ ਰਹੂਗਾ ਹਾਲਾਂਕਿ ਉਹ ਸਾਰੀ ਸੈਕਸ਼ਨ 78 ਹੀ ਤੋੜਨੀ ਚਾਹੀਦੀ ਹੈਗੀ ਸੀ ਲੇਕਿਨ ਉਹ ਕਿਉਂਕਿ ਦਰਬਾਰਾ ਸਿੰਘ ਇੰਦਰਾ ਗਾਂਧੀ ਨੇ ਡਰਾ ਕੇ ਦਰਬਾਰਾ ਸਿੰਘ ਕੋ ਸਿਗਨੇਚਰ ਕਰਵਾ ਲਿਆਗੇ ਇਹਦਾ ਮਤਲਬ ਹੈ ਇਸ ਮਸਲੇ ਦੇ ਵਿੱਚ ਦਰਬਾਰਾ ਸਿੰਘ ਹੋ ਗਿਆ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਕਿਸੇ ਦੀ ਵੀ ਨੀਅਤ ਸਾਫ਼ ਨਹੀਂ ਸੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਿਆਸਤ ਕੀਤੀ ਹੈਗੀ ਇਹ ਅਰਵਿੰਦ ਕੇਜਰੀਵਾਲ ਦਾ ਇਸ ਮਸਲੇ ਦੇ ਉੱਤੇ ਤੁਹਾਨੂੰ ਕੀ ਲੱਗਦਾ ਕੀ ਸਟੈਂਡ ਰਹਿਣ ਵਾਲਾ ਹੈ ਉਹ ਕੀ ਸੋਚਦੇ ਹੋਣਗੇ ਕਿ ਮੈਂ ਕੀ ਬਿਆਨ ਦਵਾਂ ਉਨਾ ਦੇ ਸਮੱਸਲੇ ਦੇ ਵਿੱਚ ਸਟੈਂਡ ਕਦੀ ਵੀ ਸਪਸ਼ਟ ਨਹੀਂ ਰਿਹਾ ਕੇਜਰੀਵਾੜਾ ਉਹਦੇ ਪੰਜਾਬ ਚ ਕਹਿਣਗੇ ਪੰਜਾਬ ਨੂੰ ਪਾਣੀ ਹਰਿਆਣੇ ਚ ਕਹਿਣਗੇ ਹਰਿਆਣੇ ਨੂੰ ਵੀ ਮਿਲ ਜ ਦਿੱਲੀ ਜਾ ਕੇ ਉਹ ਕਹਿੰਦੇ ਰਹੇ ਉਹਨਾਂ ਦੀਆਂ ਸਾਰੀਆਂ ਵੀਡੀਓ ਪਈਆਂ ਆ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਕਿ ਸਾਰਿਆਂ ਨੂੰ ਪਾਣੀ ਮਿਲਣਾ ਚਾਹੀਦਾ ਹੈਗਾ ਹੁਣ ਸਵਾਲ ਦੇਖੋ ਕਿ ਜਿਹੜਾ ਦਿੱਲੀ ਗਵਰਨਮੈਂਟ ਆ ਉਹ ਹਿਮਾਚਲ ਕੋ ਪਾਣੀ ਲੈਂਦੀ ਆ ਉਹ 33 ਕਰੋੜ ਰੁਪਏ ਦਾ ਪਾਣੀ ਲੈ ਰਹੇ ਨੇ ਮੁੱਲ ਤੇ ਪੰਜਾਬ ਨੂੰ ਵੀ ਫਿਰ ਪਾਣੀ ਪੈਸੇ ਦੇਦਿਆ ਕਰਨਾ ਨਾ ਰਾਜਸਥਾਨ ਤੋਂ ਪੱਥਰ ਲੈ ਕੇ ਉਹ ਵੀ ਤੇ ਨੇਚੁਰਲ ਹੀ ਆ ਚਾਰਖੰਡੋ ਇਧਰ ਆ ਜਿਹੜੇ ਛਤੀਸਗੜ ਤੋਂ ਕੋਲਾ ਨਿਕਲਦਾ ਉਹ ਵੀ ਤੇ ਨੇਚੁਰਲ ਹੀ ਆ ਤੇ ਫਿਰ ਸਾਰੇ ਕੋਲਾ ਤੇ ਪੱਥਰ ਲੈ ਕੇ ਆਇਆ ਕਰਨ ਪੰਜਾਬ ਦੇ ਵਿੱਚ ਪਾਣੀ ਜੇ ਨੇਚੁਰਲ ਕਹਿੰਦੇ ਕੁਦਰਤੀ ਨਿਆਮਤ ਤੇ ਬੜੀ ਖੂਬਸੂਰਤ ਹੈ ਨਾ ਬੰਦਾ ਰੋਟੀ ਬਿਨਾ ਦੋ ਦਿਨ ਖਾਵੇ ਤਿੰਨ ਗਲਾਸ ਪਾਣੀ ਦਾ ਪੀਵੇ ਬੰਦਾ ਮਰਦਾ ਨਹੀਂ ਹੈਗਾ ਇਹਨਾਂ ਉਹਦੇ ਵਿੱਚ ਮਾਈਨਰਲਸ ਮਿਨਰਲਸ ਨੇ ਨਾ ਇਸ ਕਰਕੇ ਰਿਪੀਰੀਅਨ ਲਾਅ ਪੰਜਾਬ 'ਚ ਨਹੀਂ ਲਾਗੂ ਤਾਂ ਪੂਰੀ ਦੁਨੀਆ 'ਚ ਰਿਪੀਰੀਅਨ ਲਾਅ ਲਾਗੂ ਆ ਲੇਕਿਨ ਪੰਜਾਬ 'ਚ ਰਿਪੀਰੀਅਨ ਲਾਅ ਲਾਗੂ ਨਹੀਂ ਕਿਉਂਕਿ